ਸਾਰੇ ਕਾਲਜ ਜੀ ਸਾਰਿਆਂ ਨੂੰ ਮੈਂ ਉਮੀਦ ਕਰ ਰਿਹਾ ਹਾਂ ਤੁਸੀਂ ਜਿੱਥੇ ਵੀ ਹੋਵੋਗੇ ਠੀਕ ਠਾਕ ਹੋਵੋਗੇ ਆਪਣਾ ਔਰ ਆਪਣੇ ਪਰਿਵਾਰ ਦਾ ਜਰੂਰ ਖਿਆਲ ਰੱਖ ਰਹੇ ਹੋਵੋਗੇ ਦੋਸਤੋ ਗਿਲਜ਼ ਮੈਂਟਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਬ੍ਰੇਕਿੰਗ ਨਿਊਜ਼ ਲੈ ਕੇ ਹਰ ਵਕਤ ਪਹੁੰਚਦਾ ਹੈ ਮੈਂ ਤੁਹਾਡੇ ਤੱਕ ਵੱਡੀ ਜਾਣਕਾਰੀ ਲੈ ਕੇ ਆਇਆ ਹਾਂ ਬਲਕਿ ਹਜ਼ਾਰਾਂ ਅੱਗੇ ਜਿੰਨੇ ਵੀ ਮੁਲਾਜ਼ਮ ਭਰਤੀ ਹੋਣਗੇ ਜਾਂ ਜਿੰਨੇ ਵੀ ਸਟੂਡੈਂਟਸ ਇੰਤਜ਼ਾਰ ਕਰ ਰਹੇ ਨੇ ਉਹਨਾਂ ਦੇ ਲਈ ਬਹੁਤ ਅੱਛੀ ਇੱਕ ਗੁੱਡ ਨਿਊਜ਼ ਹੈ ਗੁੱਡ ਨਿਊਜ਼ ਇਹ ਹੈ ਕਿ ਪੰਜਾਬ ਸਰਕਾਰ ਦੇ ਫਾਈਨੈਂਸ ਡਿਪਾਰਟਮੈਂਟ ਨੇ ਅੱਜ ਇੱਕ ਆਫੀਸ਼ੀਅਲ ਲੈਟਰ ਜਾਰੀ ਕੀਤਾ ਹੈ ਇਸ ਆਫੀਸ਼ੀਅਲ ਲੈਟਰ ਦੇ ਲਈ ਮੈਂ ਕਵਾਂਗਾ ਸਾਡੇ ਲਈ ਇੱਕ ਤੋਹਫਾ ਹੋਏਗਾ ਕੀ ਹੈ ਵੱਡੀ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੱਸਣਾ ਚਾਹੁੰਦੇ ਆ ਕਿ ਜਿੰਨੇ ਵੀ ਸਟੂਡੈਂਟਸ ਘਰ ਬੈਠੇ ਨੇ ਜੋ ਵੀ ਇੰਤਜ਼ਾਰ ਕਰ ਰਹੇ ਨੇ ਹਜ਼ਾਰਾਂ ਪੋਸਟਾਂ ਦੀ ਤਾਂ ਪਲੀਜ਼ ਉੱਠ ਜੋ ਖੜੇ ਹੋ ਜਾਓ ਤਿਆਰੀ ਕਰੋ ਗਿਲਜ਼ ਮੈਂਟਰ ਦੀ ਪੂਰੀ ਟੀਮ ਤੁਹਾਨੂੰ ਬਿਲਕੁਲ ਫ੍ਰੀ ਪੜਾ ਰਹੀ ਹੈ ਤਾਂਕਿ ਤੁਸੀਂ ਘਰ ਬੈਠੇ ਅੱਛੇ ਲੈਵਲ ਦੀ ਤਿਆਰੀ ਕਰ ਸਕੋ ਤੁਹਾਡਾ ਸਾਥ ਦੇ ਸਕੀਏ ਅਸੀਂ ਅਸੀਂ ਇੱਕ ਬਿਲਕੁਲ ਫ੍ਰੀ ਸੇਵਾ ਸ਼ੁਰੂ ਕੀਤੀ ਹੈ ਤੁਹਾਡੇ ਲਈ ਇਸ ਸੇਵਾ ਦੇ ਭਾਗੀਦਾਰ ਬਣੋ ਤੇ ਬਿਲਕੁਲ ਘਰ ਬੈਠਿਆਂ ਪੰਜਾਬ ਦੇ ਹਰ ਇੱਕ ਪੇਪਰ ਦੀ ਤਿਆਰੀ ਕਰ ਸਕਦੇ ਹੋ ਚਾਹ ETT ਪ੍ਰੀਪੇਅਰ ਕਰ ਰਹੇ ਹੋ ਚਾਹ ਕਿਸੇ ਵੀ ਕਲਰਕ ਪੇਪਰ ਦੀ ਪ੍ਰੈਪਰੇਸ਼ਨ ਕਰ ਰਹੇ ਹੋ ਪਟਵਾਰੀ ਪੇਪਰ ਦੀ ਪ੍ਰੈਪਰੇਸ਼ਨ ਕਰ ਰਹੇ ਹੋ ਪੰਜਾਬ ਪੁਲਿਸ ਸਬ ਇੰਸਪੈਕਟਰ ਪ੍ਰੈਪਰੇਸ਼ਨ ਕਰ ਰਹੇ ਹੋ ਤਾਂ ਸਾਡੀਆਂ ਲਾਈਵ ਕਲਾਸਿਸ ਤੁਸੀਂ ਜੁੜ ਕੇ ਜੁਆਇਨ ਕਰਕੇ ਜੁੜ ਸਕਦੇ ਹੋ ਅਗ ਤੁਸੀਂ ਫ੍ਰੀ ਦੇ ਵਿੱਚ ਟੈਸਟ ਸੀਰੀਜ਼ ਸੀਰੀਜ਼ ਜਾਂ ਤੁਸੀਂ ਸਟੱਡੀ ਨੋਟਸ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਬਾਕਸ ਵਿੱਚ ਸਾਡਾ ਟੈਲੀਗ੍ਰam ਲਿੰਕ ਦਾ ਤੁਹਾਨੂੰ ਗਰੁੱਪ ਦੇ ਰੱਖਿਆ ਹੋਏਗਾ ਉਸ ਗਰੁੱਪ ਦੇ ਵਿੱਚ ਤੁਸੀਂ ਜੁੜ ਸਕਦੇ ਹੋ ਇਹਦੇ ਨਾਲ ਨਾਲ ਸਪੈਸ਼ਲ ਕੋਰਸਸ ਦੇ ਲਈ ਗਿਲਜ਼ ਮੈਂਟਰ ਤੁਹਾਨੂੰ ਐਪ ਤੇ ਸਪੈਸ਼ਲ ਕੋਰਸਸ ਵੀ ਕਰਵਾ ਰਿਹਾ ਹੈ ਤਾਂ ਤੁਸੀਂ ਉੱਥੇ ਵੀ ਜੁਆਇਨ ਕਰ ਸਕਦੇ ਹੋ ਪਲੇ ਸਟੋਰ ਤੋਂ ਤੁਸੀਂ ਐਪ ਇੰਸਟਾਲ ਕਰੋ ਤੇ ਕੋਈ ਵੀ ਕੋਰਸਸ ਤੁਸੀਂ ਜੁਆਇਨ ਕਰ ਸਕਦੇ ਹੋ ਮੈਂ ਤੁਹਾਨੂੰ ਲੈ ਕੇ ਚੱਲਦਾ ਹਾਂ ਆਫੀਸ਼ੀਅਲ ਨੋਟੀਫਿਕੇਸ਼ਨ ਤੇ ਉੱਥੇ ਵੇਖਾਂਗੇ ਵਧੇਰੀ ਜਾਣਕਾਰੀ ਕੀ ਦੋਸਤੋ ਇਹ ਲੈਟਰ ਹੈ ਜੋ ਕਿ ਜਾਰੀ ਕੀਤਾ ਗਿਆ ਹੈ ਗਵਰਨਮੈਂਟ ਆਫ ਪੰਜਾਬ ਡਿਪਾਰਟਮੈਂਟ ਆਫ ਫਾਈਨੈਂਸ ਜੋ ਕਿ ਇਹਨਾਂ ਦੁਆਰਾ ਜਾਰੀ ਕੀਤਾ ਗਿਆ ਟੂ ਕਾਊਂਟ ਦਾ ਪ੍ਰੋਵੀਜ਼ਨ ਪ੍ਰੋਬੇਸ਼ਨ ਪੀਰੀਅਡ ਜੋ ਹੁੰਦਾ ਹੈ ਆ ਬਲਕਿ ਨਿਊਲੀ ਅਪੋਇੰਟਡ ਏਮਪਲੋਈ ਹੋਏਗਾ ਉਸ ਨੂੰ ਸੀਨੀਓਰਿਟੀ ਠੀਕ ਹੈ ਇਹ ਜੋ ਸਾਡਾ ਬੇਸਿਕਲੀ ਪ੍ਰੋਮੋਸ਼ਨ ਬੇਸ ਹੋਏਗਾ ਉਸ ਦੇ ਵਿੱਚ ਵੀ ਇਹਨੂੰ ਕਨਸੀਡਰ ਕੀਤਾ ਜਾਏਗਾ ਅਦਰਵਾਈਜ਼ ਇਹ ਹਾਲਾਂਕਿ ਕੁਝ ਜਣੇ ਨਹੀਂ ਸਮਝ ਸਕਣਗੇ ਪਰ ਕੁਝ ਜਣੇ ਲਈ ਬਹੁਤ ਵੱਡੀ ਰਾਹਤ ਹੈ ਮੈਂ ਤੁਹਾਨੂੰ ਜਿਵੇਂ ਸਮਝਾਉਣਾ ਹੈ ਕਿ ਪੰਜਾਬ ਪਟਵਾਰੀ 2016 ਦੇ ਵਿੱਚ ਜੋ ਭਰਤੀ ਕੀਤੇ ਸੀਗੇ 3 ਸਾਲਾਂ ਦੀ ਟ੍ਰੇਨਿੰਗ ਰੱਖੀ ਸੀ ਉਸ ਟ੍ਰੇਨਿੰਗ ਨੂੰ ਕਨਸੀਡਰ ਨਹੀਂ ਕੀਤਾ ਜਾ ਰਿਹਾ ਸੀਗਾ ਔਰ ਉਹ ਕਨਸੀਡਰ ਨਹੀਂ ਕਰਨ ਦਾ ਮਤਲਬ ਹੈ ਕਿ ਉਹਨਾਂ ਨੂੰ ਫੁੱਲ ਸਕੇਲ ਨਹੀਂ ਮਿਲ ਰਿਹਾ ਸੀਗਾ ਤਾਂ ਇਹ ਉਹਦੇ ਸਬੰਧ ਵਿੱਚ ਹੈ ਫਾਈਨਾਂਸ ਡਿਪਾਰਟਮੈਂਟ ਨੇ ਇੱਕ ਲੈਟਰ ਜਾਰੀ ਕੀਤਾ ਹੈ ਔਰ ਇਹ ਚੀਜ਼ ਇਨਸ਼ੋਰ ਕੀਤੀ ਹੈਗੀ ਹੈ ਕਿ ਉਹਨਾਂ ਦਾ ਟਾਈਮ ਪੀਰੀਅਡ ਕਨਸੀਡਰ ਕੀਤਾ ਜਾਵੇ ਤਾਂ ਕਿ ਭਵਿੱਖ ਵਿੱਚ ਉਹਨਾਂ ਦੇ ਜੋ ਕਿ ਪ੍ਰੋਮੋਸ਼ਨ ਦੇ ਵਿੱਚ ਵੀ ਉਹਨਾਂ ਦਾ ਇਹ ਟਾਈਮ ਪੀਰੀਅਡ ਕਨਸੀਡਰ ਕੀਤਾ ਜਾਏਗਾ ਤਾਂ ਵੱਡੀ ਜਾਣਕਾਰੀ ਨਿਕਲ ਕੇ ਆ ਰਹੀ ਹੈ ਔਰ ਜੋ ਵੀ 2020 ਦੇ ਵਿੱਚ ਜੋ ਪਟਵਾਰੀ ਭਰਤੀ ਦਾ ਇੰਤਜ਼ਾਰ ਕਰ ਰਹੇ ਹਨ ਤਾਂ ਇਹਨਾਂ ਦੇ ਸਬੰਧ ਦੇ ਵਿੱਚ ਇਹ ਟਾਈਮਿੰਗ ਜੋ ਸਾਡਾ ਇਨੀਸ਼ੀਅਲੀ ਟ੍ਰੇਨਿੰਗ ਪੀਰੀਅਡ ਹੋਏਗਾ ਉਸ ਨੂੰ ਤੁਹਾਡੇ ਪੀਰੀਅਡ ਦੇ ਵਿੱਚ ਕਨਸੀਡਰ ਕੀਤਾ ਜਾਏਗਾ ਤੇ ਵੱਡੀ ਜਾਣਕਾਰੀ ਹੈ ਵੱਡਾ ਤੋਹਫਾ ਹੈ ਠੀਕ ਹੈ ਤਾਂ ਜਿੰਨੀਆਂ ਵੀ ਅਸਾਮੀਆਂ ਹੈ ਅਸੀਂ ਉਹਨਾਂ ਦਾ ਵੀ ਇੰਤਜ਼ਾਰ ਕਰ ਰਹੇ ਹਾਂ ਤਾਂ ਇਹਦੇ ਸਬੰਧ ਵਿੱਚ ਫਿਲਹਾਲ ਤੱਕ ਦੀ ਵੱਡੀ ਖਬਰ ਹੈ ਵੱਡੀ ਨਿਊਜ਼ ਹੈ ਔਰ ਮੈਂ ਇਹ ਹੀ ਤੁਹਾਨੂੰ ਕਹਾਂਗਾ ਕਿ ਹਮੇਸ਼ਾ ਇਹਨਾਂ ਚੀਜ਼ਾਂ ਦੇ ਲਈ ਬਹੁਤ ਸਾਰੇ ਬੱਚੇ ਕਿਤੇ ਨਾ ਕਿਤੇ ਆਪਣਾ ਅ ਦਿਮਾਗ ਦੇ ਵਿੱਚ ਨੈਗੇਟਿਵ ਚੀਜ਼ਾਂ ਆਉਂਦੀਆਂ ਸੀਗੀਆਂ ਕਿ ਹਾਂਜੀ ਕੀ ਹੋਏਗਾ ਕੀ ਨਹੀਂ ਹੋਏਗਾ ਫਿਲਹਾਲ 2015 ਦੇ ਵਿੱਚ ਜੋ ਲੈਟਰ ਜਾਰੀ ਹੋਇਆ ਸੀਗਾ ਉਸ ਲੈਟਰ ਨੂੰ ਇਹਨਾਂ ਨੇ ਅਬੋਲਿਸ਼ ਕਰਦਿਆਂ ਹੋਇਆ ਇਹ ਨਵਾਂ ਲੈਟਰ ਜਾਰੀ ਕੀਤਾ ਹੈ ਡਿਪਾਰਟਮੈਂਟ ਨੂੰ ਕਿਹਾ ਗਿਆ ਹੈ ਕਿ ਤਾਂਕਿ ਇਸ ਨੂੰ ਤਰਦੀਜ਼ ਦਿੱਤੀ ਜਾਵੇ ਤਾਂ ਇਹ ਸਾਡੇ ਤੱਕ ਵੱਡੀ ਜਾਣਕਾਰੀ ਹੈ ਤੇ ਜਾਣਕਾਰੀ ਚੰਗੀ ਲੱਗੀ ਹੈ ਤੇ ਸ਼ੇਅਰ ਕਰਿਓ ਤਾਂਕਿ ਮੈਕਸਿਮਮ ਤੋਂ ਮੈਕਸਿਮਮ ਸਟੂਡੈਂਟਸ ਤੱਕ ਜਾਣਕਾਰੀ ਜਾਵੇ ਔਰ ਉਹ ਉੱਠ ਕੇ ਪੜ ਸਕਣ ਤਿਆਰ ਹੋ ਜਾਓ ਔਰ ਜੁੜੋ ਹਰ ਇੱਕ ਪੇਪਰ ਦੀ ਤਿਆਰੀ ਕਰੋ ਔਰ ਫ੍ਰੀ ਚ ਸਟਡੀ ਨੋਟਸ ਪਾਓ ਥੈਂਕ ਯੂ ਸੋ ਮਚ ਟੇਕ ਕੇਅਰ ਬਾਏ ਬਾਏ